ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ, ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਕਿਸਾਨ ਵੀਰਾਂ ਦੇ ਸਵਾਲ। ਪਿਛਲੇ ਸਾਲ ਵੀ ਆਏ ਸੀ, ਇਸ ਸਾਲ ਵੀ ਬੜੇ ਆਏ ਕਿ ਗੋ ਜਿਹੜੀ ਹੈਗੀ ਆ ਝੋਨਾ ਕੱਟਦੀ ਸਾਡੇ, ਜਾਂ ਚੂਹੇ ਝੋਨਾ ਕੱਟਦੇ ਆ, ਉਹਦਾ ਇਲਾਜ, ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਜਿਹੜੇ ਕੋਈ ਕਿਸਾਨ ਵੀਰ ਨਵੇਂ ਜੁੜੇ, ਉਹਨਾਂ ਨੂੰ ਬੇਨਤੀ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ, ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਕਿਰਪਾ ਕਰਕੇ ਪੂਰੀ ਜਾਣਕਾਰੀ ਲਈ ਕਿਸਾਨ ਵੀਰੋ ਵੀਡੀਓ ਪੂਰੀ ਸੁਣ ਲਿਆ ਜੇ ਕਿ ਅਸਲ ਦੇ ਵਿੱਚ ਆਪਣਾ ਝੋਨਾ ਟੁੱਕਦਾ ਕਿਹੜਾ ਜਾਨਵਰ ਆ ਅਤੇ ਨੁਕਸਾਨ ਕਿੰਨਾ ਕੁ ਹੁੰਦਾ। ਸੋ ਜਿੱਥੋਂ ਤਾਈਂ ਗੋਹ ਦਾ ਸਵਾਲ ਹੈ, ਗੋਹ ਜਿਹਨੂੰ ਕਿ ਆਪਾਂ ਜਿਹੜਾ ਆਪਣੇ ਏਰੀਏ ਦੇ ਵਿੱਚ ਪਾਈ ਜਾਂਦੀ, ਕਿਉਂਕਿ ਇਹਦੀਆਂ ਵੱਖ ਵੱਖ ਕਿਸਮਾਂ ਨੇ, ਅੱਡ ਅੱਡ ਏਸ਼ੀਆ ਦੇ ਵਿੱਚ ਵੱਖ ਵੱਖ ਏਰੀਏ ਦੇ ਵਿੱਚ ਵੱਖ ਵੱਖ ਕਿਸਮਾਂ ਦੀ ਹੈ ਜਿਹੜੀ ਗੋਹ ਪਾਈ ਜਾਂਦੀ ਹੈ। ਮੋਨੀਟਰ ਕਹਿ ਦਿੰਦੇ ਉਹਨੂੰ, ਜਿਹੜੀ ਆਪਣੇ ਪਾਈ ਜਾਂਦੀ ਹੈ ਬੰਗਾਲ ਮੋਨੀਟਰ ਜਾਂ ਕੋਮਨ ਇੰਡੀਅਨ ਮੋਨੀਟਰ ਕਹਿ ਦਿੰਦੇ ਆ, ਜਿਹੜੀ ਕਿ ਜਿਹਦੀ ਕਲਾਸ ਰਿਪਟਾਈਲੀ ਆ, ਮਤਲਬ ਕਿ ਰਿੰਗਣ ਵਾਲੇ ਜਿਹੜੇ ਤੁਰਦੇ ਆ ਜ਼ਮੀਨ ਦੇ ਉੱਤੇ ਤੁਰਦੇ ਜਾਨਵਰ ਰਿਪਟਾਈਲਸ, ਤਾਂ ਇਹਦਾ ਜਿਹੜਾ ਇੰਗਲਿਸ਼ ਨੇਮ ਕਹਿ ਦਈਏ ਵੈਰੇਨਿਸ ਬੈਂਗਾਲੈਂਸਿਸ, ਬੰਗਾਲ ਮੋਨੀਟਰ ਤੋਂ ਪਿਆ। ਇਹ ਜਿਹੜੀ ਹੈਗੀ ਹੈ ਦੇਖਣ ਦੇ ਵਿੱਚ ਵੀ ਬੜੀ ਬਦਸੂਰਤ ਅਤੇ ਥੋੜ੍ਹੀ ਜਿਹੀ ਡਰਾਵਣੀ ਲੱਗਦੀ ਹੈ। ਅਸਲ ਦੇ ਵਿੱਚ ਇਹ ਕਿਸਾਨ ਜਿਹੜੀ ਆਮ ਆਪਣੇ ਇਨਸਾਨ ਵਾਸਤੇ ਬਹੁਤ ਹੀ ਜ਼ਹਿਰੀਲੀ ਵੀ ਨਹੀਂ ਹੈ। ਇਹਦਾ ਜਿਹੜਾ ਮੁੱਖ ਤੌਰ 'ਤੇ ਸ਼ਿਕਾਰ ਆ, ਖਾਂਦੀ ਕੀ ਆ, ਕਾਰਨੀਵੋਰਸ ਆ। ਕਾਰਨੀਵੋਰਸ ਉਹ ਜਾਨਵਰ ਹੁੰਦੇ ਆ ਜਿਹੜੇ ਆਪਦੇ ਤੋਂ ਛੋਟੇ ਜੀਵ ਜੰਤੂ ਖਾਂਦੇ ਆ। ਇਹ ਆਪਣੀ ਜਿਹੜੀ ਹੈਗੀ ਹੈ ਚਿਪਚਪੀ ਜੀਵ ਦੇ ਨਾਲ ਜਿਹੜਾ ਸ਼ਿਕਾਰ ਬਣਾਉਂਦੀ ਹੈ। ਇਹਦੇ ਕੋਈ ਐਂ ਨਹੀਂ ਹੈ ਕਿ ਤਿੱਖੇ ਦੰਦ ਹੈ ਜਿਵੇਂ ਕਿ ਰਿਪਟਾ ਇਹਨਾਂ ਦੇ ਰੋਡੈਂਟਸ 'ਚ ਹੁੰਦੇ, ਜਿਵੇਂ ਚੂਹਿਆਂ 'ਚ ਚਕੁੰਦਰਾਂ 'ਚ ਹੁੰਦੇ ਆ। ਤਾਂ ਇਹ ਜਿਹੜਾ ਸਬੂਤਾ ਆਪਦਾ ਜਿਹੜਾ ਸ਼ਿਕਾਰ ਲੰਘਾਉਂਦੀ ਹੈ, ਮੁੱਖ ਤੌਰ 'ਤੇ ਇਹ ਜਿਹੜੇ ਕੀੜੇ ਮਕੌੜੇ, ਟਿੱਡੇ, ਜਿਹੜੇ ਸੁੰਡ ਪਏ ਹੁੰਦੇ ਜ਼ਮੀਨ ਦੇ ਵਿੱਚ, ਜਾਂ ਜਿਹੜੇ ਠੂਹੇ ਹੁੰਦੇ ਆ, ਜਾਂ ਕੀੜੀਆਂ ਛੋਟੀਆਂ ਛੋਟੀਆਂ ਕੀੜੀਆਂ, ਜਾਂ ਉਦੋਂ ਵੱਡੇ ਫਿਰ ਡੱਡੂ ਵੀ ਖਾ ਸਕਦੀ ਹੈ, ਮੱਛੀਆਂ ਖਾ ਲੈਂਦੀ ਹੈ, ਛੋਟੀਆਂ ਕਿਰਲੀਆਂ, ਛੋਟੇ ਸੱਪ, ਚੂਹੇ, ਚਕੁੰਦਰਾਂ, ਇਹ ਜਿਹੜੇ ਹੈਗੇ ਆ ਮੌਕੇ ਦਾ ਸ਼ਿਕਾਰ ਆ। ਪਰ ਹੈਬੀਟੇਟ ਕੀ ਆ ਕਿ ਜਿਹੜੀ ਆਪਣੇ ਪਾਈ ਜਾਂਦੀ ਗੋ, ਇਹਦਾ ਜਿਹੜਾ ਪਸੰਦੀਦਾ ਏਰੀਆ ਜਿੱਥੇ ਖੇਤੀ ਹੁੰਦੀ, ਖੇਤੀ ਦੀਆਂ ਫਸਲਾਂ ਹੁੰਦੀਆਂ ਨੇ, ਉੱਥੇ ਇਹ ਜ਼ਿਆਦਾਤਰ ਰਹਿੰਦੀ ਹੈ। ਵੈਸੇ ਜਿਹੜੇ ਹੈਗੇ ਆ ਡੈਜ਼ਰਟ ਦੇ ਵਿੱਚ, ਮਾਰੂਥਲ 'ਚ ਵੀ ਰਹਿ ਸਕਦੀ, ਜੰਗਲਾਂ 'ਚ ਵੀ ਰਹਿੰਦੀ। ਜਿਹੜੀ ਆਪਣੇ ਪਾਈ ਜਾਂਦੀ ਇਹ ਜਿਹੜੀ ਹੈਗੀ ਆ, ਜਿਹੜੇ ਖੇਤਾਂ ਨੂੰ ਜਿਹੜੇ ਹੈਗੇ, ਜਿਹੜਾ ਐਗਰੀਕਲਚਰ ਏਰੀਆ ਉਹਨੂੰ ਜ਼ਿਆਦਾ ਪਸੰਦ ਕਰਦੀ ਹੈ। ਪਰ ਇਹ ਟੁੱਕ ਨਹੀਂ ਸਕਦੀ, ਬੂਟਿਆਂ ਨੂੰ ਜਿਹੜਾ ਹੈਗਾ ਕੱਟ ਨਹੀਂ ਸਕਦੀ, ਕਿਉਂਕਿ ਇਹਦਾ ਜਿਹੜਾ ਹੈਗਾ ਖਾਣ ਦੀ ਹੈਬਿਟ ਵੀ ਹੈ ਨਹੀਂ ਕਿ ਬਿਲਕੁਲ ਫਸਲਾਂ ਨੂੰ ਇਹ ਨੁਕਸਾਨ ਨਹੀਂ ਕਰਦੀ। ਠੀਕ ਆ, ਖੇਤ ਦੇ ਵਿੱਚ ਕਿਤੇ ਛੋਟੇ ਬੂਟੇ ਦੱਬੇ ਜਾਂਦੇ ਆ ਜਾਂ ਟੁੱਟ ਸਕਦੇ ਆ, ਉਹਦੇ ਨਾਲ ਵੀ ਕਿਸਾਨ ਵੀਰੋ ਆਪਣਾ ਬਹੁਤਾ ਨੁਕਸਾਨ ਨਹੀਂ ਹੁੰਦਾ। ਸੋ ਆਪਾਂ ਇਹਨੂੰ, ਕਿਉਂਕਿ ਇਹਨੇ ਤਾਂ ਚੂਹੇ ਖਾਣੇ ਆ, ਜਿੱਥੇ ਚੂਹੇ ਆ ਜਾਂ ਇਹਦਾ ਸ਼ਿਕਾਰ ਆ ਉੱਥੇ ਇਹਨੇ ਆਉਣਾ ਹੀ ਆਉਣਾ। ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹਨੇ ਜਿਹੜਾ ਹੈਗਾ ਆਪਣੀ ਫਸਲ ਟੁੱਕਤੀ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੁੰਦਾ। ਪਿਛਲੀ ਵਾਰ ਵੀ ਮੈਂ ਕਿਸਾਨ ਵੀਰਾਂ ਨੂੰ ਦੱਸਿਆ ਸੀ, ਇਸ ਵਾਰ ਵੀ, ਪਰ ਜਿਹੜਾ ਹੈਗਾ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਪਤਾ ਨਹੀਂ ਸਾਡਾ ਝੋਨਾ ਟੁੱਕਦੀ, ਪਰ ਇਹੋ ਜਿਹਾ ਬਿਲਕੁਲ ਹੈ ਨਹੀਂ। ਗਿਣਤੀ ਹੋ ਸਕਦਾ ਆਪਣੇ ਖੇਤਾਂ ਦੇ ਵਿੱਚ ਇਹ ਲੱਭ ਜਾਂਦੀ ਹੋਵੇ ਆਪਾਂ ਨੂੰ, ਇੱਕ ਥਾਂ ਦੋ ਥਾਵਾਂ ਜਿਹੜਾ ਆਪਣਾ ਫਸਲ ਟੁੱਕੀ ਹੋ ਸਕਦੀ, ਚੂਹੇ ਨੇ ਟੁੱਕੀ ਹੋ ਸਕਦੀ ਆ। ਚੂਹਿਆਂ ਦੇ ਨਾਲ ਵੀ ਆਪਣਾ ਕੋਈ ਸਿਗਨੀਫਿਕੈਂਟ ਲੌਸ ਨਹੀਂ ਬਹੁਤ ਜ਼ਿਆਦਾ ਆਪਣੇ ਏਰੀਆ ਦੇ ਵਿੱਚ, ਖਾਸ ਤੌਰ 'ਤੇ ਹਾਂ ਜਿੱਥੇ ਕਿਤੇ ਖੇਤਾਂ ਦੇ ਕੋਲ ਉਜਾੜ ਜ਼ਿਆਦਾ, ਚੂਹੇ ਬਹੁਤ ਜ਼ਿਆਦਾ ਨੁਕਸਾਨ ਸਟਾਰਟਿੰਗ ਦੇ ਵਿੱਚ ਜਿੱਥੇ ਖੇਤ ਵਿਹਲੇ ਹੋ ਸਕਦੇ ਆ, ਦੌਗੀਆਂ ਦੇ ਵਿੱਚ ਉੱਥੇ ਹੋ ਸਕਦਾ। ਮਗਰੋਂ ਆ ਕੇ ਜੇ ਕੋਈ ਥੋੜ੍ਹਾ ਬਹੁਤਾ ਚੂਹੇ ਟੁੱਕਦੇ ਵੀ ਆ, ਤਾਂ ਉਹਨੂੰ ਆਪਾਂ ਜਿਹੜਾ ਹੈਗਾ ਇੱਕ ਕਮਿਊਨਿਟੀ ਮੁਹਿੰਮ ਚਲਾ ਕੇ, ਮਤਲਬ ਲਾਰਜ ਏਰੀਏ ਦੇ ਵਿੱਚ, ਜਿਵੇਂ ਇੱਕ ਪਿੰਡ ਦੇ ਵਿੱਚ ਆਪਾਂ ਚੂਹੇ ਕੰਟਰੋਲ ਕਰਨ ਦੀ ਜੇ ਮੁਹਿੰਮ ਚਲਾਈਏ, ਫਿਰ ਆਪਾਂ ਉਹਨੂੰ ਕਾਬੂ ਕਰ ਸਕਦੇ ਹਾਂ। ਜਾਂ ਆਪਣੇ ਏ ਆਲੇ ਦੁਆਲੇ ਦੇ ਏਰੀਏ ਨੂੰ, ਖੇਤਾਂ ਦੇ ਆਲੇ ਦੁਆਲੇ ਵੱਟਾਂ ਦੇ ਉੱਤੇ ਘਾਹ ਫੂਸ ਜ਼ਿਆਦਾ ਨਾ ਹੋਣ ਦੇਈਏ, ਜਿਹੜੀਆਂ ਕੋਈ ਨਵੀਆਂ ਖੁੱਡਾਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਦਿਨੇ ਆਪਾਂ ਉੱਤੋਂ ਘਾਹ ਫੂਸ ਸਾਫ ਕਰਕੇ ਉਹਨਾਂ ਨੂੰ ਬੰਦ ਕਰ ਸਕਦੇ, ਜਾਂ ਉੱਥੇ ਫਿਰ ਆਪਾਂ ਜਿੰਕ ਫੋਸਫਾਈਡ, ਬਰੋਮਾ ਡਾਇਓਲੋਨ ਜਾਂ ਰੈਕੂਮੈਨ, ਇਹ ਵੱਖੋ ਵੱਖ ਜਿਹੜੀਆਂ ਹੈਗੀਆਂ ਚੂਹੇ ਮਾਰ ਦਵਾਈਆਂ, ਇਹਨਾਂ ਦੀ ਵਰਤੋਂ ਕਰ ਸਕਦੇ ਹਾਂ ਚੋਗ ਬਣਾ ਕੇ। ਜਿਵੇਂ 1 ਕਿਲੋ ਆਪਾਂ ਦਲੀਆ ਲੈ ਕੇ ਕਿਸੇ ਵੀ ਅਨਾਜ ਦਾ, ਕਣਕ ਦਾ ਹੋ ਜਾਵੇ, ਬਾਜਰੇ ਦਾ ਹੋ ਜਾਵੇ, ਮੱਕੀ ਦਾ ਹੋ, ਜਿਹੜਾ ਮਰਜ਼ੀ ਦਲੀਆ ਲੈ ਕੇ, ਖਾਸ ਤੌਰ 'ਤੇ ਕਿਸਾਨ ਵੀਰ ਜਿਹੜੇ ਜ਼ਿਆਦਾਤਰ ਕਣਕ ਦੇ ਦਾਣਿਆਂ ਦੀ ਵਰਤੋਂ ਕਰਦੇ ਹੁੰਦੇ ਆ, ਉਹਦੇ ਵਿੱਚ ਆਪਾਂ ਜਿੰਕ ਫੋਸਫਾਈਡ 1 ਏਕੜ ਮਗਰ ਆਪਾਂ ਜੇ 40 ਕਪੁੜੀਆਂ ਰੱਖਣੀਆਂ ਨੇ ਤਾਂ 25 ਗ੍ਰਾਮ ਵਰਤ ਸਕਦੇ ਹਾਂ। ਬਰੋਮਾ ਡਾਇਲੋਨ 20 ਗ੍ਰਾਮ ਵਰਤ ਸਕਦੇ, 0.005% ਹੁੰਦੀ ਹੈ, ਅਤੇ ਨਾਲ ਜਿਹੜੀ 20 ਗ੍ਰਾਮ ਬੂਰਾ ਖੰਡ ਆਪਾਂ ਮਿਕਸ ਕਰ ਸਕਦੇ ਹਾਂ, ਅਤੇ 20 ਗ੍ਰਾਮ ਤੇਲ, ਅਤੇ ਨਾਲ ਅਨਾਜ 1 ਕਿਲੋ, ਇਹ ਆਪਾਂ ਅੱਡ ਥਾਵਾਂ 'ਤੇ ਕਾਗਜ਼ ਦੀਆਂ ਪੁੜੀਆਂ ਬਣਾ ਕੇ ਰੱਖ ਸਕਦੇ ਹਾਂ। ਜਾਂ ਰੈਕੂਮੈਨ 50 ਗ੍ਰਾਮ
ਉਹਦੀ ਵਰਤੋਂ ਆਪਾਂ ਕਰ ਸਕਦੇ, ਤਿੰਨਾਂ 'ਚੋਂ ਵਾਰੋ ਵਾਰ ਵਰਤੋਂ ਕਰ ਸਕਦੇ ਹਾਂ। ਪਰ ਜਿੱਥੇ ਆਪਾਂ ਇੱਕ ਵਾਰ ਦਵਾਈ ਪਾਤੀ ਦੁਬਾਰਾ ਇਹ ਚੂਹੇ ਜਿਹੜੇ ਉਹ ਦਵਾਈ ਨਹੀਂ ਖਾਂਦੇ। ਸੋ ਆਪਾਂ ਨੂੰ ਇਹਦੇ 'ਤੇ ਆਪਾਂ ਨੂੰ ਲਾਰਜ ਮੁਹਿੰਮ ਚਲਾਉਣ ਦੀ ਜ਼ਰੂਰਤ ਹੁੰਦੀ ਕਿ ਜਿੱਥੇ ਆਪਾਂ ਇਹਨਾਂ ਦੀ ਰੋਕਥਾਮ ਕਰਨੀ, ਚੋਗ ਧਰਨੀ ਆ, ਉੱਥੇ ਵੱਧ ਤੋਂ ਵੱਧ ਕਿਸਾਨ ਜਿਹੜੇ ਹੈਗੇ ਇੱਕੋ ਦਿਨ ਆਪਾਂ ਦਵਾਈ ਧਰੀਏ ਤਾਂ ਫਿਰ ਆਪਾਂ ਇਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਵੈਸੇ ਇਹਨਾਂ ਦੇ ਨਾਲ ਜੇ ਕੋਈ ਥੋੜ੍ਹਾ ਬਹੁਤ ਆਪਣੀ ਜਗ੍ਹਾ ਬਾਅਦ 'ਚੋਂ ਟੁੱਕੀ ਜਾਂਦੀ, ਥੋੜ੍ਹੇ ਬਹੁਤੇ ਬੂਟੇ ਟੁੱਕਦੇ, ਉਹਦੇ ਨਾਲ ਬੜਾ ਨੁਕਸਾਨ ਨਹੀਂ ਹੁੰਦਾ। ਜੇ ਗਿਣਤੀ ਕੋਈ ਬਹੁਤ ਜ਼ਿਆਦਾ ਆ ਫਿਰ ਆਪਾਂ ਨੂੰ ਕਾਬੂ ਕਰਨ ਦੀ ਲੋੜ ਹੈ, ਪਰ ਇਹ ਬਿਲਕੁਲ ਨਾ ਸਮਝੋ ਕਿ ਗੋਹ ਆਪਣਾ ਫਸਲ ਦਾ ਨੁਕਸਾਨ ਕਰਦੀ ਹੈ। ਸੋ ਇੰਨੀ ਕੁ ਹੀ ਜਾਣਕਾਰੀ ਸੀਗੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਦੋਸਤੋ।